ਕੁਝ ਲੋਕ ਮੌਜੂਦ ਨੇ ਅਕਲਦੀਪ ਜੀ ਨੇ ਮੂਸਾ ਪਿੰਡ ਤੋਂ ਨੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੋਰਾਂ ਦੇ ਬਹੁਤ ਨਜ਼ਦੀਕੀ ਨੇ ਅਕਲਦੀਪ ਜੀ ਕਿਸ ਤਰੀਕੇ ਦੇ ਨਾਲ ਵੇਖਦੇ ਹੋ 730 ਦਿਨ 17532 ਘੰਟੇ ਪਰ ਇਨਸਾਫ ਨਹੀਂ ਇਨਸਾਫ ਨਾ ਮਿਲਣਾ ਇਹਦੇ ਵਿੱਚ ਕਾਰਨ ਹੈਗੇ ਬਹੁਤ ਸਾਰੇ ਕਿਉਂਕਿ ਸਿੱਧੂ ਚੋਣ ਲੜਿਆ ਸੀ ਕਾਂਗਰਸ ਪਾਰਟੀ ਤੋਂ ਸ਼ਾਇਦ ਕੋਈ ਉਹ ਵੀ ਕਿੱਲ ਜਿਹੜੀ ਆਮ ਆਦਮੀ ਪਾਰਟੀ ਵਾਲੇ ਸ਼ਾਇਦ ਕੱਢਣ ਤੇ ਲੱਗੇ ਹੋਇਆ ਦੂਜਾ ਸਾਨੂੰ ਇਹ ਲੱਗ ਰਿਹਾ ਵੀ ਇਹ ਜਿਹੜਾ ਕਤਲ ਹੈ ਗੈਂਗਸਟਰਾਂ ਦਾ ਕੱਲਿਆਂ ਦਾ ਕਤਲ ਨਹੀਂ ਹੈ ਇਹਦੇ ਵਿੱਚ ਸਰਕਾਰਾਂ ਇਨਵੋਲਵ ਹੈ ਕਿਉਂਕਿ ਲਾਰੈਂਸ ਬਸ਼ਨੋਈ ਨੂੰ ਸੇਫ ਕਰਕੇ ਗੁਜਰਾਤ ਦੇ ਵਿੱਚ ਰੱਖਣਾ ਇਹ ਸਿੱਧੇ ਸਿੱਧੇ ਸੰਕੇਤ ਦੇ ਰਿਹਾ ਹੈ ਵੀ ਉਹਨੂੰ ਸੇਫ ਕਰਕੇ ਇਸ ਕਰਕੇ ਰੱਖਿਆ ਜਾ ਰਿਹਾ ਹੈ ਵੀ ਕਿਤੇ ਉਹਨੂੰ ਸਜ਼ਾ ਨਹੀਂ ਦਿੱਤੀ ਜਾਵੇ ਦੂਜਾ ਇਨਸਾਫ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਭਗਵੰਤਮਾਨ ਸਾਹਿਬ ਆਏ ਸੀ ਜਦੋਂ ਸਿੱਧੂ ਦੀ ਡੈਥ ਹੋ ਜਾਂਦੀ ਹੈ ਪਹਿਲੇ 3-4 ਦਿਨ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ 4 ਕਿ ਦਿਨਾਂ ਬਾਅਦ ਜਦੋਂ ਲੋਕਾਂ ਨੇ ਪ੍ਰੈਸ਼ਰ ਬਣਾਇਆ ਲੋਕਾਂ ਦਾ ਰੋਹ ਦੇਖਦੇ ਹੋਏ ਉਹ ਇਧਰ ਕੋਠੀਵਾਲ ਨੂੰ ਮੂੰਹ ਕਰ ਲਿਆ ਲੈ ਕੇ 3-4000 ਪੁਲਿਸ ਵਾਲਾ ਸਾਡੇ ਇੱਥੇ ਆ ਗਏ ਚਲੋ ਆ ਗਏ ਬਾਈ ਬਲਕੌਰ ਸਿੰਘ ਨੂੰ ਤਾਂ ਲਾਸਾ ਵੀ ਦਿੱਤਾ ਤੇ ਮੇਰੇ ਨਾਲ ਵੀ ਗੱਲ ਹੋਈ ਆ ਮੈਂ ਬਕਾਇਦਾ ਉਹਨਾਂ ਨੂੰ ਕਿਹਾ ਵੀ ਸੁਭ ਦੀ ਸਿੱਧੂ ਦੇ ਨਾਮ ਤੇ ਜੀ ਇੱਕ ਤਾਂ ਇਨਸਾਫ ਜਿਹੜਾ ਸਾਨੂੰ ਥੋੜੇ ਦਿਨਾਂ ਤੇ ਮੈਨੂੰ ਕਹਿੰਦਾ ਮੈਂ 20 ਤੋਂ 25 ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹਦਾ ਤੁਹਾਨੂੰ ਰਿਜ਼ਲਟ ਦੇਵਾਂਗੇ ਪਰ ਹੁਣ ਤਾਂ 730 ਦਿਨ ਹੋ ਗਏ 730 ਦਿਨ 17000 ਘੰਟੇ ਤੋਂ ਵੱਧ ਦਾ ਟਾਈਮ ਤੇ ਕੱਲੀਆਂ ਗੱਲਾਂ ਜਿਵੇਂ ਕਿ ਉਹਨੂੰ ਚੁਟਕਲੇ ਮਾਰਦੇ ਆਉਂਦੇ ਆ ਬਸ ਕੱਲੀਆਂ ਗੱਲਾਂ ਮਾਰ ਕੇ ਵਾਗ ਗਿਆ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਉਹਦਾ ਇਨਸਾਫ ਤਾਂ ਦੂਰ ਦੀ ਗੱਲ ਆ ਉਹ ਗੈਂਗਸਟਰਾਂ ਨੂੰ ਮਾਰਨਾ ਤਾਂ ਦੂਰ ਦੀ ਗੱਲ ਕਿਉਂਕਿ ਇਹਨੇ ਗੱਪ ਮਾਰਿਆ ਵੋਟਾਂ ਦੇ ਟਾਈਮ ਦੇ ਵਿੱਚ ਵੀ ਜਿਹੜਾ ਆਪਣਾ ਗੋਲਡੀ ਹੈਗਾ ਉਹ ਨੂੰ ਅਸੀਂ ਫੜ ਲਿਆ ਉੱਥੇ ਅਮਰੀਕਾ ਦੇ ਵਿੱਚ ਪਰ ਦੇਖੇ ਗੋਲਡੀ ਬਰਾੜ ਕਿਸੇ ਨੇ ਦੇਖਿਆ ਗ੍ਰਫਤ ਜਦੋਂ ਅਸੀਂ ਉਸ ਤੋਂ ਬਾਅਦ ਇਹ ਚਰਚਾ ਹੋਈ ਇਹ 골ਡੀ ਬਰਾਡ ਹੈ ਕਿੱਥੇ ਜੀ ਤੋਂ ਬਸ ਕੱਲੇ ਅਕਵਾਰਾਂ ਦੇ ਵਿੱਚ ਜਾਂ ਇਹਦੇ ਜੁਬਲੇ ਦੇ ਵਿੱਚ ਹੀ ਰਹਿ ਗਿਆ ਅੱਜ ਤੱਕ ਨਾ ਤਾਂ 골ਡੀ ਬਰਾਡ ਦਾ ਪਤਾ ਲਾਰੈਂਸ ਬਸਨੋਈ ਹੋਰਾਂ ਦਾ ਤਾਂ ਕੋਈ ਆਟਾ-ਭਟਾ ਨਹੀਂ ਕਿਉਂਕਿ ਸਰਕਾਰੀ ਉਹ ਚਲਾ ਰਹੇ ਆ ਜਿਹਨੂੰ ਮਰਜ਼ੀ ਫਰਮਾਨ ਕਰਦੇ ਨਾ ਵੀ ਅੱਜ ਅਸੀਂ ਇਹਨੂੰ ਮਾਰਾਂਗੇ ਜੀ ਇਹਨਾਂ ਕੋਲੇ ਕੋਈ ਸਿਸਟਮ ਨਹੀਂ ਬਚਾਉਣ ਦਾ ਦੂਜਾ ਜਿਹੜਾ ਚਿੱਟੇ ਵਾਲੀ ਜਿਹੜੀ ਮਾਰ ਜਿਹੜੀ ਇਹ ਕਹਿੰਦਾ ਸੀ ਮੈਂ ਮਹੀਨੇ ਬਾਅਦ ਖਤਮ ਕਰ ਦੂੰਗਾ ਉਹ ਦਾ ਜਿਹੜਾ ਕਰਤਾ ਧਰਤਾ ਜੱਗੂ ਤੇ ਲਾਰੈਂਸ ਬਸਨੋਈਆ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਤੇ ਇਸ ਕਤਲ ਨੂੰ ਕਰਨ ਵਾਲੇ ਵੀ ਜੱਗੂ ਤੇ ਲਾਰੈਂਸ ਬਸਨੋਈਆ ਇਹ ਵੀ ਜੱਗੇ ਬੱਚੇ-ਬੱਚੇ ਨੂੰ ਪਤਾ ਜਲਦੀਪ ਜੀ ਮੇਰੇ ਇੱਕ ਇੱਕ ਸਵਾਲ ਨਰ ਸਿਕਿਉਰਿਟੀ ਨੂੰ ਲੈ ਕੇ ਹੋਏਗਾ ਸਿਕਿਉਰਿਟੀ ਲੀਕ ਹੋਈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਡੈਥ ਹੋਈ ਹਾਲਾਂਕਿ ਜੇਕਰ ਸਿਕਿਉਰਿਟੀ ਦੀ ਇਨਫੋਰਮੇਸ਼ਨ ਲੀਕ ਨਾ ਹੁੰਦੀ ਜਾਂ ਸਿਕਿਉਰਿਟੀ ਨਾ ਘਟਾਈ ਜਾਂਦੀ ਅੱਜ ਸਿੱਧੂ ਬਾਈ ਆਪਣੇ ਵਿਚਕਾਰ ਹੋਣਾ ਸੀਗਾ ਅੱਜ ਜੋ ਸਿਕਿਉਰਿਟੀ ਲਗਾਈ ਗਈ ਉਸ ਦੇ ਕੀ ਮਾਇਨੇ ਵੇਖਦੇ ਹੋ ਜੇ ਉਸ ਦਿਨ ਦੇ ਦਿੱਤੀ ਜਾਂਦੀ ਬਾਈ ਜੀ ਉਸ ਤੋਂ ਬਾਅਦ 2 ਸਾਲ ਜਦੋਂ ਚਾਰ ਬੰਦੇ ਸਿਕਿਉਰਿਟੀ ਦੇ ਦੇਣੇ ਸੀ ਉਦੋਂ ਦਿੱਤੇ ਨਹੀਂ ਸਿਕਿਉਰਿਟੀ ਘਟਾ ਤਾਂ ਦਿੱਤੀ ਘਟਾਉਣੀ ਵੱਖਰੀ ਚੀਜ਼ ਹੈ ਪਰ ਬਕਾਇਦਾ 3 ਕਰੋੜ ਦੇ ਇਸਤਿਹਾਰ ਲਾ ਕੇ ਆਪ ਦੀ ਬਾਵਾ ਖੱਟਣ ਲਈ ਪੂਰੇ ਦੇਸ਼ ਦੇ ਵਿੱਚ ਸਿਰਫ ਇੱਕੋ ਹੀ ਖਬਰ ਤੇ ਜ਼ੋਰ ਦਿੱਤਾ ਵੀ ਅਸੀਂ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਘਟਾਤੀ ਉਹਦਾ ਸਿੱਧਾ ਸਿੱਧਾ ਸੰਕੇਤ ਹੈ ਵੀ ਇਹ ਸਰਕਾਰ ਉਹਨੂੰ ਮਰਵਾਉਣਾ ਚਾਹੁੰਦੀ ਸੀ ਇਹਨਾਂ ਕੋਲੇ ਸੈਂਟਰ ਦੀ ਇਨਪੁਟ ਸੀਗੀ ਠੀਕ ਹੈ ਜੀ ਜੀ ਏਜੰਸੀਆਂ ਦੇ ਇਹਨਾਂ ਕੋਲੇ ਲੈਟਰ ਆਇਆ ਹੋਇਆ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਦੋ ਬੰਦਿਆਂ ਨੂੰ ਖਤਰਾ ਦੱਸਿਆ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਇੱਕ ਰਮਨੀਤ ਬਿੱਟੂ ਨੂੰ ਦੂਜਾ ਬਾਈ ਜੀ ਨੂੰ ਬਿੱਟੂ ਨੂੰ ਤਾਂ ਦੱਸ ਦਿੱਤਾ ਗਿਆ ਉਹ ਲੈਟਰ ਦੀ ਕਾਪੀ ਵੀ ਦੇ ਦਿੱਤੀ ਗਈ ਉਹ ਬਾਹਰ ਚੱਲ ਗਏ ਪਰ ਇਹਦੇ ਤੱਕ ਜਿਹੜੀ ਦਸਨਾ ਤਾਂ ਦੂਰ ਦੀ ਗੱਲ ਉਹਦੀ ਜਿਹੜੀ ਚਾਰ ਸਕਿਉਰਿਟੀ ਵਾਲੇ ਸੀ ਉਹ ਵੀ ਵਾਪਸ ਲੈ ਲੇ ਤਾਂ ਸਿੱਧਾ ਸਿੱਧਾ ਸਰਕਾਰ ਨੇ ਇਹ ਕਤਲ ਕਰਵਾਇਆ ਅਸੀਂ ਜ਼ਿੰਮੇਵਾਰ ਮੰਨਦੇ ਆਂ ਭਗਵੰਤ ਜੀ ਨੂੰ ਇਸ ਕਤਲ ਦੇ ਵਿੱਚ ਜਿਹੜਾ ਜਿਹੜਾ ਪਰਚਾ ਲਾਰਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀ ਹੋਰਾਂ ਤੇ ਹੋਇਆ ਸੇਮ ਪਰਚਾ ਅਸੀਂ ਮੰਗ ਕਰਦੇ ਆਂ ਵੀ ਇਹਦਾ ਜਿਹੜਾ ਇੱਕ ਚੱਟੂ ਆ ਉਹ ਬਲਤੇਜ ਪੰਨੂ ਜਿਹੜਾ ਕਿ ਆਪਦੇ ਆਪ ਨੂੰ মিডিਆ ਪ੍ਰਗਤ ਤੱਕ ਹੁੰਦਾ ਜਿਵੇਂ ਕਿ ਮੋਦੀ মিডিਆ ਕਹਿੰਦੇ ਸੀ ਅੱਜ ਕੱਲ ਇੱਕ ਭਗਵੰਤਮਾਨ ਜਾਂ ਕੇਜਰੀ মিডিਆ ਵੀ ਪੰਜਾਬ ਦੇ ਵਿੱਚ ਬਣਿਆ ਹੋਇਆ ਜਿਹੜਾ ਚੈਨਲ ਬੋਲਦੇ ਆ ਕੋਈ ਬੋਲਦਾ ਹੈ ਜਾਂ ਕੋਈ ਖਬਰ ਲਾਉਂਦਾ ਉਹਦਾ ਚੈਨਲ ਬੰਦ ਕਰ ਦਿੰਦੇ ਆ ਕੋਈ YouTube ਵਾਲਾ ਕੋਈ ਬੋਲਦਾ ਕੋਈ ਖਬਰਾਂ ਲਾਉਂਦਾ ਉਹਦੀ ਰੀਚ ਬੰਦ ਕਰ ਦਿੰਦੇ ਆ ਤੁਹਾਡਾ ਜੀ ਨਿਊਜ਼ ਵੀ ਆ ਹੁਣ ਥੋੜੇ ਦਿਨਾਂ ਦਾ ਲੱਗਿਆ ਸੀ ਇਹਦੀ ਵੀ ਕੰਢੀ ਫੜ ਕੇ ਇਹਨੂੰ ਵੀ ਬੰਦ ਕਰਤਾ ਫਾਸਟਵੇ ਤੋਂ ਬਲੈਕ ਕਰਾਇਆ ਠੀਕ ਹੈ ਸੋ ਨੂੰ ਤਾਂ ਪਤਾ ਹੀ ਹੈ ਕਿਉਂਕਿ মিডিਆ ਤੇ ਜਦੋਂ ਚੌਥੇ ਥੰਮ ਨੂੰ ਨਹੀਂ ਬਖਸ਼ਦੇ ਤੇ ਆਮ ਪਬਲਿਕ ਤੱਕ ਇਹਨਾਂ ਮਾਮਲੇ ਕਾਬਲੇ ਚੀਜ਼ੀ ਕੀ ਹੈ ਲੱਗਦਾ ਲੱਗਦਾ ਸਿੱਧੇ ਤੌਰ ਤੇ ਧੱਕੇਸ਼ਾਹੀ ਤੇ ਉਤਰੀ ਸਰਕਾਰ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਸੁਖਵੀਰ ਬਾਦਲ ਤੋਂ ਵੀ ਉੱਪਰ ਦਾ ਕੰਮ ਕਰਦਾ ਸੀ ਵੀ ਸੁਖਵੀਰ ਬਾਦਲ ਚੈਨਲ ਬੰਦ ਕਰਾ ਦਿੰਦਾ ਸੀ ਜੀ ਉਹਨੇ ਕਦੇ ਚੈਨਲ ਤਾਂ ਨਹੀਂ ਕਦੇ ਸੁਣਿਆ ਸੀ ਬੰਦ ਕਰਾਇਆ ਪਰ ਉਹਨੇ ਆਪਦੇ ਬਣਾ ਲਏ ਸੀ 20 25 ਚੈਨਲ ਆਪਦੇ ਬਣਾ ਲਏ ਕੇਬਲ ਤੇ ਕਬਜ਼ਾ ਕਰ ਲਿਆ ਪਰ ਇਹ ਪਤੰਦਰ ਨੂੰ ਲੋਕਾਂ ਦੇ ਜਿਹੜੇ ਬਣੇ ਹੋਏ ਉਹਨਾਂ ਨੂੰ ਖੁੰਦਾ ਜਿਹੜਾ ਇਹਨੂੰ ਮਾੜਾ ਜਿਹਾ ਵੀ ਲੱਗਦਾ ਵੀ ਇਹ ਸਰਕਾਰ ਦੇ ਖਿਲਾਫ ਬੋਲੂ ਉਹਦਾ ਉਹਦਾ ਸਾਰਾ ਸਿਸਟਮ ਤਾਂ ਆਮ ਜਾਂ ਮੰਨ ਕਰ ਦਿੰਦੇ ਆ ਤੇ ਸਾਰਾ ਸਿਸਟਮ ਅੱਜ ਕੱਲ ਇਹਨਾਂ ਨੇ ਪਰਚਿਆਂ ਤੇ ਰੱਖਿਆ ਹੋਇਆ ਝੂਠੇ ਪਰਚੇ ਦੇ ਕੇ ਚਲੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਤਿੰਨ ਸਾਲ ਆ ਤੀਜਾ ਲੱਗ ਗਿਆ ਤੇ ਨੇੜੇ ਹੀ ਆ ਉਦੋਂ ਬਾਅਦ ਸਰਕਾਰ ਬਦਲ ਜੂਗੀ ਫਿਰ ਇਸ ਭਗਵਾਨਤਮਾਨ ਸਾਹਿਬ ਨੂੰ ਵੀ ਪੁੱਛਾਂਗੇ ਵੀ ਕਿਹੜੇ ਭਾਅ ਵਿਕਦੀ ਐ ਅੱਜ ਕਰ ਲੈ ਜਿਹੜਾ ਕੁਛ ਇਹਨੇ ਕਰਨਾ ਇਨਸਾਫ ਇਨਸਾਫ ਤੇ ਕਿੰਨਾ ਸਮਾਂ ਲੱਗਦਾ ਉਮੀਦ ਸਾਨੂੰ ਤਾਂ ਨਹੀਂ ਲੱਗਦਾ ਵੀ ਕੋਈ ਮਿਲੂਗਾ ਸਾਨੂੰ ਇਨਸਾਫ ਨਹੀਂ ਲੱਗੂ ਕੋਈ ਇਨਸਾਫ ਦੇਣਾ ਇਹਨਾਂ ਨੇ ਇਹ ਜਿਨ੍ਹਾਂ ਨੇ ਸਿਕਿਉਰਿਟੀ ਲੈਸ ਕੀਤੀ ਆ ਉਹ ਇਹਦੇ ਨਾਲ ਕੁਰਸੀਆਂ ਤੇ ਬਹਿੰਦੇ ਆ ਜਿਹੜੇ ਕਤਲ ਦੇ ਵਿੱਚ ਇਨਵੋਲਵ ਆ ਉਹ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਜਿਨ੍ਹਾਂ ਤੋਂ ਅਸੀਂ ਚਾਹੁੰਦੇ ਵੀ ਇਹਨਾਂ ਨੂੰ ਫਾਂਸੀ ਹੋ ਜਾਏ ਉਹਨਾਂ ਨੂੰ ਇਹਨਾਂ ਨੇ ਸੇਵ ਕਰਕੇ ਜੇਲ੍ਹਾਂ ਦੇ ਵਿੱਚ ਬਿਠਾਇਆ ਹੋਇਆ ਉਹਨਾਂ ਤੋਂ ਇਹ ਫਰੌਤੀਆਂ ਦਵਾਉਂਦੇ ਆ ਉਹਨਾਂ ਦੇ ਰਾਹੀਂ ਇਹ ਆਪਦੇ ਲੋਕਾਂ ਨੂੰ ਡਰਾ ਕੇ ਜਿਹੜਾ ਵੋਟਾਂ ਦੇ ਵਿੱਚ ਕੰਮ ਲੈਂਦੇ ਆ ਤਾਂ ਇਨਸਾਫ਼ ਕਿੱਥੋਂ ਮਿਲ ਜੂਗਾ ਇਨਸਾਫ਼ ਦੀ ਉਮੀਦ ਸਾਨੂੰ ਤਾਂ ਹੈ ਨਹੀਂ ਹੈ